ਵਾਹ ਭਤੀਜਾ, ਬਾਈਕ ਸਣੇ ਨਦੀ ਦੇ ਵਿੱਚ ਉਦੋਂ ਰੁੜਨ ਲੱਗੇ ਜਦੋਂ ਸੜਕ ਤੋਂ ਵਹਿੰਦੇ ਪਾਣੀ ਦੇ ਨਾਲ ਨਾਲ ਇਹ ਬਾਈਕ ਵੀ ਰੁੜ ਕੇ ਨਦੀ 'ਚ ਜਾ ਵੜੀ, ਜਿਸ ਤੋਂ ਬਾਅਦ ਕੋਲ ਖੜੇ ਲੋਕਾਂ ਦੇ ਵੱਲੋਂ ਕੜੀ ਮੁਸ਼ਕਤ ਦੇ ਨਾਲ ਉਹਨਾਂ ਨੂੰ ਬਾਹਰ ਕੱਢਿਆ ਗਿਆ ਹੈ। ਤਸਵੀਰਾਂ ਨੇ ਜਿੱਥੇ ਇਸ ਭੂਆ ਭਤੀਜੇ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ। ਇੱਥੇ ਲੋਕਾਂ ਦੇ ਵੱਲੋਂ ਤੌਲੀਆਂ ਦੀਆਂ ਗੰਢਾਂ ਬੰਨ ਕੇ ਇੱਕ ਰੱਸੀ ਬਣਾਈ ਗਈ ਤੇ ਫਿਰ ਲੋਕ ਵੀ ਇੱਕ ਦੂਜੇ ਦਾ ਹੱਥ ਫੜ ਕੇ ਇਸ ਪਾਣੀ 'ਚ ਉਤਰੇ ਤੇ ਫਿਰ ਬਾਈਕ ਸਣੇ ਭੂਆ ਭਤੀਜੇ ਨੂੰ ਬਚਾਇਆ ਗਿਆ। ਦਰਅਸਲ ਇਹ ਤਸਵੀਰਾਂ ਨੇ ਜਿੱਥੇ ਇੱਕ ਭੂਆ ਭਤੀਜਾ ਬਾਈਕ ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸਨ, ਤਾਂ ਇਸੇ ਦੌਰਾਨ ਸੜਕ ਦੇ ਉੱਤੇ ਦੇਖੋ ਕਿਵੇਂ ਨਦੀ ਦਾ ਪਾਣੀ ਜਿਹੜਾ ਵਹਿ ਰਿਹਾ ਹੈ ਓਵਰਫਲੋ ਹੋ ਕੇ, ਤੇ ਇਸੇ ਪਾਣੀ ਦੇ ਵਿੱਚ ਇਹ ਬਾਈਕ ਜਿਹੜੀ ਹੈ ਸੰਤੁਲਨ ਵਿਗੜਿਆ ਤਾਂ ਨਦੀ ਵੱਲ ਨੂੰ ਜਾਣ ਲੱਗੀ ਤੇ ਨਦੀ 'ਚ ਰੁੜਨ ਲੱਗੀ, ਜੋ ਕਿ ਉੱਥੇ ਕੋਲ ਖੜੇ ਅੰਤਮ ਸੰਸਕਾਰ ਕਰਨ ਆਏ ਲੋਕਾਂ ਨੇ ਦੇਖਿਆ ਕਿ ਉਹਨਾਂ ਦੇ ਕੋਲ ਰੱਸੀ ਤਾਂ ਨਹੀਂ ਸੀ, ਤਾਂ ਉਹਨਾਂ ਨੇ ਤੌਲੀਏ ਦੀਆਂ ਗੰਢਾਂ ਬੰਨ ਕੇ ਇੱਕ ਰੱਸੀ ਬਣਾਈ ਅਤੇ ਫਿਰ ਖੁਦ ਵੀ ਪਾਣੀ ਦੇ ਵਿੱਚ ਉਤਰ ਕੇ ਇੱਕ ਦੂਜੇ ਦਾ ਹੱਥ ਫੜ ਕੇ ਹਿਊਮਨ ਚੇਨ ਬਣਾ ਕੇ ਤੌਲੀਏ ਦੀ ਮਦਦ ਦੇ ਨਾਲ ਇਹਨਾਂ ਦੋਵਾਂ ਦੀ ਜਾਨ ਬਚਾਈ ਗਈ ਹੈ। ਤਸਵੀਰਾਂ ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੀਆਂ ਨੇ, ਜਿੱਥੇ ਸੋਜਤ ਰੋਡ ਤੇ ਇੱਕ ਗਜਨਾਈ ਬੰਨ ਹੈ ਜੋ ਓਵਰਫਲੋ ਹੋਇਆ ਹੈ। ਪਾਣੀ ਜਿਹੜਾ ਰੋਡ ਦੇ ਉੱਤੋਂ ਦੀ ਹੋ ਕੇ ਨਦੀ 'ਚ ਜਾ ਰਿਹਾ ਹੈ ਤੇ ਇਹ ਪਿਛਲੇ 25 ਦਿਨਾਂ ਤੋਂ ਦੱਸਿਆ ਜਾ ਰਿਹਾ ਕਿ ਪਾਣੀ ਇਸੇ ਤਰ੍ਹਾਂ ਹੀ ਓਵਰਫਲੋ ਹੋ ਕੇ ਸੜਕਾਂ ਤੋਂ ਵਹਿ ਰਿਹਾ ਹੈ, ਜਿੱਥੋਂ ਲੰਘਣਾ ਔਖਾ ਹੋ ਰਿਹਾ ਹੈ। ਤੇ ਇਸੇ ਵਿਚਾਲੇ ਜਦੋਂ ਇਹ ਭੂਆ ਭਤੀਜਾ ਬਾਈਕ ਤੇ ਸਵਾਰ ਹੋ ਕੇ ਜਾ ਰਹੇ ਸਨ, ਤਾਂ ਇਹਨਾਂ ਦੀ ਬਾਈਕ ਵੀ ਇਸੇ ਪਾਣੀ ਦੇ ਵਹਾਅ ਨਾਲ ਨਦੀ ਦੇ ਵਿੱਚ ਜਾ ਡਿੱਗੀ। ਗਨੀਮਤ ਰਹੀ ਕਿ ਉਸ ਦੌਰਾਨ ਕੋਲੋਂ ਦੀ ਲੋਕ ਲੰਘ ਰਹੇ ਸਨ ਜੋ ਅੰਤਿਮ ਸੰਸਕਾਰ ਕਰਨ ਦੇ ਲਈ ਆਏ ਸਨ, ਤੇ ਉਹਨਾਂ ਦੇ ਵੱਲੋਂ ਤੌਲੀਏ ਲੈ ਕੇ ਉਹਨਾਂ ਦੀਆਂ ਗੰਢਾਂ ਬੰਨ ਕੇ ਇੱਕ ਰੱਸੀ ਬਣਾਈ ਗਈ ਤੇ ਫਿਰ ਲੋਕ ਵੀ ਇੱਕ ਦੂਜੇ ਦਾ ਹੱਥ ਫੜ ਕੇ ਪਾਣੀ 'ਚ ਉਤਰੇ ਤੇ ਬੜੀ ਮੁਸ਼ਕਤ ਦੇ ਨਾਲ ਇਹਨਾਂ ਦੋਵਾਂ ਨੂੰ ਬਾਹਰ ਕੱਢਿਆ ਗਿਆ ਹੈ। ਬਾਈਕ ਵੀ ਬਾਹਰ ਕੱਢ ਲਈ ਗਈ ਹੈ। ਗਨੀਮਤ ਹੈ ਕਿ ਜਾਨ ਬਚ ਗਈ ਹੈ। ਇੱਕ ਭੂਆ ਭਤੀਜਾ ਬਾਈਕ ਸਣੇ ਨਦੀ ਦੇ ਵਿੱਚ ਉਦੋਂ ਰੁੜਨ ਲੱਗੇ ਜਦੋਂ ਸੜਕ ਤੋਂ ਵਹਿੰਦੇ ਪਾਣੀ ਦੇ ਨਾਲ ਨਾਲ ਇਹ ਬਾਈਕ ਵੀ ਰੁੜ ਕੇ ਨਦੀ 'ਚ ਜਾ ਵੜੀ, ਜਿਸ ਤੋਂ ਬਾਅਦ ਕੋਲ ਖੜੇ ਲੋਕਾਂ ਦੇ ਵੱਲੋਂ ਕੜੀ ਮੁਸ਼ਕਤ ਦੇ ਨਾਲ ਉਹਨਾਂ ਨੂੰ ਬਾਹਰ ਕੱਢਿਆ ਗਿਆ ਹੈ। ਤਸਵੀਰਾਂ ਨੇ ਜਿੱਥੇ ਇਸ ਭੂਆ ਭਤੀਜੇ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ। ਇੱਥੇ ਲੋਕਾਂ ਦੇ ਵੱਲੋਂ ਤੌਲੀਆਂ ਦੀਆਂ ਗੰਢਾਂ ਬੰਨ ਕੇ ਇੱਕ ਰੱਸੀ ਬਣਾਈ ਗਈ ਤੇ ਫਿਰ ਲੋਕ ਵੀ ਇੱਕ ਦੂਜੇ ਦਾ ਹੱਥ ਫੜ ਕੇ ਇਸ ਪਾਣੀ 'ਚ ਉਤਰੇ ਤੇ ਫਿਰ ਬਾਈਕ ਸਣੇ ਭੂਆ ਭਤੀਜੇ ਨੂੰ ਬਚਾਇਆ ਗਿਆ। ਦਰਅਸਲ ਇਹ ਤਸਵੀਰਾਂ ਨੇ ਜਿੱਥੇ ਇੱਕ ਭੂਆ ਭਤੀਜਾ ਬਾਈਕ ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸਨ, ਤਾਂ ਇਸੇ ਦੌਰਾਨ ਸੜਕ ਦੇ ਉੱਤੇ ਦੇਖੋ ਕਿਵੇਂ ਨਦੀ ਦਾ ਪਾਣੀ ਜਿਹੜਾ ਵਹਿ ਰਿਹਾ ਹੈ ਓਵਰਫਲੋ ਹੋ ਕੇ, ਤੇ ਇਸੇ ਪਾਣੀ ਦੇ ਵਿੱਚ ਇਹ ਬਾਈਕ ਜਿਹੜੀ ਹੈ ਸੰਤੁਲਨ ਵਿਗੜਿਆ ਤਾਂ ਨਦੀ ਵੱਲ ਨੂੰ ਜਾਣ ਲੱਗੀ ਤੇ ਨਦੀ 'ਚ ਰੁੜਨ ਲੱਗੀ, ਜੋ ਕਿ ਉੱਥੇ ਕੋਲ ਖੜੇ ਅੰਤਮ ਸੰਸਕਾਰ ਕਰਨ ਆਏ ਲੋਕਾਂ ਨੇ ਦੇਖਿਆ ਕਿ ਉਹਨਾਂ ਦੇ ਕੋਲ ਰੱਸੀ ਤਾਂ ਨਹੀਂ ਸੀ, ਤਾਂ ਉਹਨਾਂ ਨੇ ਤੌਲੀਏ ਦੀਆਂ ਗੰਢਾਂ ਬੰਨ ਕੇ ਇੱਕ ਰੱਸੀ ਬਣਾਈ ਅਤੇ ਫਿਰ ਖੁਦ ਵੀ ਪਾਣੀ ਦੇ ਵਿੱਚ ਉਤਰ ਕੇ ਇੱਕ ਦੂਜੇ ਦਾ ਹੱਥ ਫੜ ਕੇ ਹਿਊਮਨ ਚੇਨ ਬਣਾ ਕੇ ਤੌਲੀਏ ਦੀ ਮਦਦ ਦੇ ਨਾਲ ਇਹਨਾਂ ਦੋਵਾਂ ਦੀ ਜਾਨ ਬਚਾਈ ਗਈ ਹੈ। ਤਸਵੀਰਾਂ ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੀਆਂ ਨੇ, ਜਿੱਥੇ ਸੋਜਤ ਰੋਡ ਤੇ ਇੱਕ ਗਜਨਾਈ ਬੰਨ ਹੈ ਜੋ ਓਵਰਫਲੋ ਹੋਇਆ ਹੈ। ਪਾਣੀ ਜਿਹੜਾ ਰੋਡ ਦੇ ਉੱਤੋਂ ਦੀ ਹੋ ਕੇ ਨਦੀ 'ਚ ਜਾ ਰਿਹਾ ਹੈ ਤੇ ਇਹ ਪਿਛਲੇ 25 ਦਿਨਾਂ ਤੋਂ ਦੱਸਿਆ ਜਾ ਰਿਹਾ ਕਿ ਪਾਣੀ ਇਸੇ ਤਰ੍ਹਾਂ ਹੀ ਓਵਰਫਲੋ ਹੋ ਕੇ ਸੜਕਾਂ ਤੋਂ ਵਹਿ ਰਿਹਾ ਹੈ, ਜਿੱਥੋਂ ਲੰਘਣਾ ਔਖਾ ਹੋ ਰਿਹਾ ਹੈ। ਤੇ ਇਸੇ ਵਿਚਾਲੇ ਜਦੋਂ ਇਹ ਭੂਆ ਭਤੀਜਾ ਬਾਈਕ ਤੇ ਸਵਾਰ ਹੋ ਕੇ ਜਾ ਰਹੇ ਸਨ, ਤਾਂ ਇਹਨਾਂ ਦੀ ਬਾਈਕ ਵੀ ਇਸੇ ਪਾਣੀ ਦੇ ਵਹਾਅ ਨਾਲ ਨਦੀ ਦੇ ਵਿੱਚ ਜਾ ਡਿੱਗੀ। ਗਨੀਮਤ ਰਹੀ ਕਿ ਉਸ ਦੌਰਾਨ ਕੋਲੋਂ ਦੀ ਲੋਕ ਲੰਘ ਰਹੇ ਸਨ ਜੋ ਅੰਤਿਮ ਸੰਸਕਾਰ ਕਰਨ ਦੇ ਲਈ ਆਏ ਸਨ, ਤੇ ਉਹਨਾਂ ਦੇ ਵੱਲੋਂ ਤੌਲੀਏ ਲੈ ਕੇ ਉਹਨਾਂ ਦੀਆਂ ਗੰਢਾਂ ਬੰਨ ਕੇ ਇੱਕ ਰੱਸੀ ਬਣਾਈ ਗਈ ਤੇ ਫਿਰ ਲੋਕ ਵੀ ਇੱਕ ਦੂਜੇ ਦਾ ਹੱਥ ਫੜ ਕੇ ਪਾਣੀ 'ਚ ਉਤਰੇ ਤੇ ਬੜੀ ਮੁਸ਼ਕਤ ਦੇ ਨਾਲ ਇਹਨਾਂ ਦੋਵਾਂ ਨੂੰ ਬਾਹਰ ਕੱਢਿਆ ਗਿਆ ਹੈ। ਬਾਈਕ ਵੀ ਬਾਹਰ ਕੱਢ ਲਈ ਗਈ ਹੈ। ਗਨੀਮਤ ਹੈ ਕਿ ਜਾਨ ਬਚ ਗਈ ਹੈ।